ਮੇਰਾ ਤਾਂ ਇਹਦੇ ਚ ਇੱਕੋ ਹੀ ਜਿਹੜਾ ਹੈਗਾ ਤਰਕ ਹੈ, ਜਿਵੇਂ ਤੁਸੀਂ ਪੰਜਾਬੀ ਦੀਆਂ ਕਹਾਵਤਾਂ ਆਪਾਂ ਪਹਿਲਾਂ ਸੁਣਿਆ ਕਰਦੇ ਸੀ, ਉਹ ਕਹਿੰਦੇ ਹੁੰਦੇ ਸੀ ਨਾ, ਕੁਝ ਤਾਂ ਕਾਣੀ ਸੀ ਕੁਝ ਕਣ ਪੈ ਗਿਆ। ਸੋ ਲੋਕਤੰਤਰ ਦਾ ਜਿਹੜਾ ਘਾਣ ਹੋ ਰਿਹਾ ਹੈ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਪਹਿਲਾਂ ਤੋਂ ਹੀ ਕਰਦੀਆਂ ਆ ਰਹੀਆਂ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ, ਪਹਿਲਾਂ ਜੋ ਸਰਕਾਰਾਂ ਪਾਵਰ ਦੇ ਵਿੱਚ ਰਹੀਆਂ ਉਹਨਾਂ ਨੂੰ ਲੱਗਦਾ ਰਹਿੰਦਾ ਹੈ ਕਿ ਅਸੀਂ ਉੱਥੇ ਵੀ ਸਰਕਾਰ ਬਣਾ ਦਈਏ, ਤੋੜ ਭੰਨ ਕਰਕੇ ਕਿਤੇ ਰਾਸ਼ਟਰਪਤੀ ਰਾਜ ਲਗਾ ਦਈਏ, ਗਵਰਨਰ ਰੂਲ ਕਰ ਦਈਏ, ਸਾਰਾ ਉਹ ਚੱਲਦਾ ਆ, ਆਪਣੇ ਪੰਜਾਬ 'ਚ ਵੀ ਹੁੰਦਾ ਰਿਹਾ। ਸੋ ਹੁਣ ਵੀ ਕੇਂਦਰ ਦੇ ਵਿੱਚ ਜੋ ਮਰਜ਼ੀ ਸਰਕਾਰ ਹੋਵੇ, ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਪਾਵਰ ਦੇ ਵਿੱਚ ਹੈ, ਉਹ ਕਰ ਰਿਹਾ। ਪਰੰਤੂ ਦੁੱਖ ਹੁੰਦਾ ਵਾਲੀਆ ਸਾਹਿਬ, ਉਸ ਵੇਲੇ ਜਿਵੇਂ ਤੁਸੀਂ ਗੱਲ ਕੀਤੀ, ਕਿਸੇ ਜਿਹੜੇ ਲੋਕਤੰਤਰਿਕ ਤਰੀਕੇ ਨਾਲ ਲੋਕਾਂ ਨੇ ਵੋਟਾਂ ਪਾ ਕੇ ਜਿਹੜੇ ਨੁਮਾਇੰਦਿਆਂ ਨੂੰ ਜਿਤਾਇਆ ਹੁੰਦਾ। ਦੇਖੋ ਵਾਲੀਆ ਸਾਹਿਬ, ਜਦੋਂ ਕੋਈ ਬੰਦਾ, ਗੱਲ ਇਕੱਲੀ ਕ੍ਰੋਸਿੰਗ ਵੋਟ ਦੀ ਨਹੀਂ ਹੈ ਕਿ ਉਹਨਾਂ ਨੇ ਕ੍ਰੋਸ ਵੋਟ ਕਰਤੀ, ਗੱਲ ਇਹ ਹੈ ਉਹ ਜਿਹੜੇ ਲੋਕਾਂ ਨੇ ਜਿਸ ਪਾਰਟੀ ਦੇ ਵਿੱਚ ਜਿਹੜੇ ਵੀ ਕੋਈ ਲੋਕ ਜਿੱਤ ਕੇ ਜਾਂਦੇ ਆ, ਉਹ ਪਾਰਟੀ ਨੂੰ ਜਿਤਾਉਣ ਵਾਸਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ, ਉਹਨਾਂ ਦੇ ਨਾਲ ਜਿਹੜਾ ਧੋਖਾ ਹੁੰਦਾ। ਸੋ ਵਾਲੀਆ ਸਾਹਿਬ, ਕਿਤੇ ਨਾ ਕਿਤੇ ਉਹਨਾਂ ਲੋਕਾਂ ਨਾਲ ਇਹ ਸੋਚਣਾ ਪਵੇਗਾ, ਜਿਹੜੇ ਜਿੱਤ ਕੇ ਜਾਂਦੇ ਆ, ਚਾਹੇ ਕੋਈ MLA ਹੈ, ਚਾਹੇ ਕੋਈ ਸਾਂਸਦ ਹੈ, ਕੋਈ ਵੀ ਆ, ਉਹਨਾਂ ਨੂੰ ਇਹ ਗੱਲ ਸੋਚਣੀ ਪਵੇਗੀ, ਜਾਂ ਲੋਕਾਂ ਨੂੰ ਇਹ ਸੋਚਣ ਤੇ ਮਜਬੂਰ ਕਰਨਾ ਪਵੇਗਾ ਉਹਨਾਂ ਨੂੰ ਕਿ ਭਾਈ ਅਸੀਂ ਤੁਹਾਨੂੰ ਵੋਟਾਂ ਪਾਈਆਂ ਸੀ ਇਸ ਪਰਪਜ਼ ਦੇ ਨਾਲ, ਪਰ ਤੁਸੀਂ ਸਾਡੀਆਂ ਵੋਟਾਂ ਲੈ ਕੇ ਜਿਹੜਾ ਹੈਗਾ ਦੂਸਰੇ ਪਾਸੇ ਚਲੇ ਗਏ ਹੋ। ਸੋ ਇਸ ਕਰਕੇ ਮੇਰਾ ਤਾਂ ਇੱਕੋ ਹੀ ਮੰਨਣਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੇ ਕਿਹਾ ਕਰਦੇ ਸੀ, ਮਰੂਮ ਬਾਦਲ ਸਾਹਿਬ ਕਿਹਾ ਕਰਦੇ ਸੀ ਕਿ ਪਾਰਟੀ ਜਿਹੜੀ ਹੈਗੀ ਆ ਉਹ ਮਾਂ ਹੁੰਦੀ ਹੈ, ਜਿਹੜਾ ਬੰਦਾ ਆਪਣੀ ਪਾਰਟੀ ਨਾਲ ਧੋਖਾ ਕਰਦਾ ਹੈ ਉਹ ਸਮਝੋ ਆਪਣੀ ਮਾਂ ਨਾਲ ਧੋਖਾ ਕਰਦਾ ਹੈ। ਦੇਖੋ ਪਾਰਟੀਆਂ ਦੇ ਵਿੱਚ ਜਿਹੜਾ ਬੰਦੇ ਨੂੰ ਕੋਈ ਨੁਮਾਇੰਦਗੀ ਮਿਲੀ ਹੁੰਦੀ ਹੈ, ਵੋਟਾਂ ਪੈ ਕੇ ਉਹ ਬਣਿਆ ਹੁੰਦਾ ਹੈ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸੋ ਅਗਰ ਕੇਂਦਰ ਦੀ ਸਰਕਾਰ ਕੋਲੇ ਅੱਜ ਪਾਵਰ ਹੈ, ਭਾਰਤੀ ਜਨਤਾ ਪਾਰਟੀ ਕੋਲੇ ਪਾਵਰ ਹੈ, ਆਪਾਂ ਸੋਚ ਲਿਆ ਕਿ ਉਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਜਾਂ ਤਾਂ ਪੈਸੇ ਦਿੱਤੇ ਜਾਂ ED ਦਾ ਡਰ। ਵਾਲੀਆ ਸਾਹਿਬ, ਜਿਹੜਾ ਨੁਮਾਇੰਦਾ ਜਿੱਤ ਕੇ ਗਿਆ ਉਹਦੇ ਉੱਪਰ ਬੜੇ ਲੋਕਾਂ ਦੀਆਂ ਉਮੀਦਾਂ ਹੁੰਦੀਆਂ, ਉਹਨਾਂ ਨੂੰ ਉਸ ਦਾ ਵੀ ਖਿਆਲ ਰੱਖਣਾ ਚਾਹੀਦਾ। ਕਿਉਂ ਵਿਕ ਰਹੇ ਆ ਉਹ, ਕਿਉਂ ਡਰ ਰਹੇ ਆ, ਜੇਲ੍ਹ ਦੇ ਵਿੱਚ ਜਾਓ, ਤੁਸੀਂ ਕੁਰਬਾਨੀਆਂ ਦਿਓ ਨਾ, ਜੇਲ੍ਹ ਦੇ ਵਿੱਚ ਜਾਓ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਵਿਕੇ ਨਹੀਂ ਇਸ ਕਰਕੇ ਜੇਲ੍ਹ ਦੇ ਵਿੱਚ ਜਾ ਰਹੇ ਹਾਂ। ਜਾਂ ਜੇ ਤੁਹਾਨੂੰ ਡਰਾ ਰਹੇ ਆ, ਜੇਲ੍ਹ ਦੇ ਵਿੱਚ ਜਾਓ, ਜੇ ਤੁਹਾਨੂੰ ਖਰੀਦ ਰਹੇ ਆ ਤਾਂ ਤੁਸੀਂ ਕਿਉਂ ਵਿਕ ਰਹੇ ਹੋ? ਇਹਦਾ ਮਤਲਬ ਤੁਸੀਂ ਵੀ ਵਿਕ ਰਹੇ, ਜਿੰਨੇ ਲੋਕਾਂ ਨੂੰ ਤੁਹਾਨੂੰ ਵੋਟਾਂ ਪਾਈਆਂ ਉਹ ਲੋਕਾਂ ਦੀਆਂ ਜਿਹੜੀਆਂ ਜਜ਼ਬਾਤ ਤੁਸੀਂ ਵੇਚ ਦਿੱਤੇ ਆ।